ਕਹਿੰਦਾ ਇੱਕ ਬੰਦਾ ਗਿਆ ਡਾਕਟਰ ਕੋਲ ਨਾ, ਤੇ ਡਾਕਟਰ ਆਮ ਹੀ ਕਹਿੰਦੇ ਨੇ ਵੀ ਜਿੰਨੀਆਂ ਬਿਮਾਰੀਆਂ ਨੇ ਨਾ, ਸਟ੍ਰੈਸ ਦੀਆਂ ਨੇ, ਟੈਨਸ਼ਨ ਦੀਆਂ, ਟੈਨਸ਼ਨ ਨਾਲ ਨਹੀਂ ਸੌਣਾ ਰਾਤ ਨੂੰ। ਉਹ ਕਹਿੰਦਾ ਫਿਰ ਕੀ ਕਰਾਂ, ਪੇਕੇ ਭੇਜ ਦਿਆ। ਇੱਕ ਬੰਦਾ ਗਿਆ ਡਾਕਟਰ ਕੋਲ, ਡਾਕਟਰ ਨੇ ਚੈੱਕਅਪ ਕੀਤਾ ਤੇ ਕਹਿੰਦਾ ਤੁਹਾਨੂੰ ਨਾ ਕੋਈ ਬੜੀ ਪੁਰਾਣੀ ਬਿਮਾਰੀ ਚਮੜੀ ਹੋਈ ਹੈ, ਜਿਹੜੀ ਤੁਹਾਨੂੰ ਹੌਲੀ ਹੌਲੀ ਖਾ ਰਹੀ ਹੈ। ਉਹ ਕਹਿੰਦਾ ਡਾਕਟਰ ਸਾਹਿਬ ਹੌਲੀ ਬੋਲੋ, ਬਾਹਰ ਹੀ ਬੈਠੀ। ਸਾਰਾ ਦਿਨ ਲੜਦੀ ਰਹਿੰਦੀ ਹੈ, ਸਾਰਾ ਦਿਨ ਲੜਦੀ ਰਹਿੰਦੀ ਹੈ, ਕੀ ਖਾਣੀ ਹੈ? ਪਤਨੀ ਕਹਿੰਦੀ ਚਵਨ ਪਰਾਸ਼। ਅੱਛਾ, ਚਵਨ ਪਰਾਸ਼ ਨਾਲ ਕੀ ਹੁੰਦਾ? ਕਹਿੰਦੀ ਚਵਨ ਪਰਾਸ਼ ਦੀ ਸ਼ੀਸ਼ੀ ਤੇ ਲਿਖਿਆ ਹੋਇਆ ਬਿਮਾਰੀਆਂ ਨਾਲ ਲੜਨ ਦੀ ਤਾਕਤ ਪਾਓ। ਉਹ ਕਹਿੰਦਾ ਬਿਮਾਰੀਆਂ ਨਾਲ ਲੜ, ਮੇਰੇ ਨਾਲ ਕਿਉਂ ਲੜਦੀ ਹੈ? ਕਹਿੰਦੀ ਤੁਹਾਡੇ ਤੋਂ ਵੱਡੀ ਬਿਮਾਰੀ ਹੋ ਜਾਏ। ਪਤਨੀਆਂ ਨਾ ਆਪਣੇ ਪਰਸ ਵਿਚ ਪਤੀ ਦੀ ਫੋਟੋ ਰੱਖਦੀਆਂ ਨੇ ਤੇ ਪਤੀ ਵੀ ਰੱਖਦੇ ਨੇ। ਉਹ ਇੱਕ ਸਹੇਲੀ ਕਹਿਣ ਲੱਗੀ ਮੈਂ ਬੜਾ ਦੇਖਿਆ ਤੂੰ ਨਾ ਅਕਸਰ ਆਪਣੀ ਪਤਨੀ ਦੀ ਆਪਣੇ ਪਤੀ ਦੀ ਫੋਟੋ ਕੱਢ ਕੇ ਨਾ ਵੇਖਦੀ ਹੁੰਦੀ ਹੈ, ਬੜਾ ਪਿਆਰ ਕਰਦੀ ਹੈ। ਕਹਿੰਦੀ ਹਾਂ ਇਹ ਮੇਰੀ ਨਾ ਇੰਸਪਾਇਰੇਸ਼ਨ ਨੇ, ਮੈਨੂੰ ਜ਼ਿੰਦਗੀ 'ਚ ਕਦੇ ਵੀ ਕੋਈ ਪ੍ਰੋਬਲਮ ਆਵੇ ਨਾ ਮੈਂ ਇਹਨਾਂ ਦੀ ਫੋਟੋ ਦੇਖਦੀ। ਫਿਰ ਆਪਣੇ ਆਪ ਨੂੰ ਕਹਿੰਦੀ ਹਾਂ ਜੇ ਤੂੰ ਇਸ ਪ੍ਰੋਬਲਮ ਨੂੰ ਹੈਂਡਲ ਕਰ ਸਕਦੀ ਹੈ ਤਾਂ ਦੁਨੀਆਂ ਦੀ ਕੋਈ ਪ੍ਰੋਬਲਮ ਨਹੀਂ ਹੈ। ਇਹਨਾਂ ਨੇ ਕਿਹਾ ਵੀਡੀਓ ਕੈਂਸਲ, ਖੜੇ ਰਹੋ ਜਰਾ, ਤੁਹਾਡੇ ਵਾਸਤੇ ਹੈ, ਤੁਹਾਡੇ ਵਾਸਤੇ ਹੈ। ਪਤੀ ਕਹਿੰਦਾ ਮੈਂ ਵਰਲਡ ਟੂਰ ਤੇ ਚੱਲਿਆ, ਮੈਂ ਵਰਲਡ ਟੂਰ ਤੇ ਚੱਲਿਆ। ਪਤਨੀ ਕਹਿੰਦੀ ਅੱਛਾ ਇੰਡੀਆ ਜਾਓ ਨਾ ਤੇ ਮੈਨੂੰ ਸਿਲਕ ਦੀ ਸਾੜੀ ਭੇਜਣਾ, ਦੁਬਈ ਜਾਓ ਨਾ ਤੇ ਸੋਨੇ ਦਾ ਹਾਰ ਭੇਜਣਾ, ਜੇ ਫਰਾਂਸ ਗਏ ਨਾ ਤੇ ਪਰਫਿਊਮ ਭੇਜਣਾ। ਬੰਦਾ ਕਹਿੰਦਾ ਜੇ ਨਰਕ ਗਿਆ ਤਾਂ ਕੀ ਭੇਜਾਂ? ਕਹਿੰਦੀ ਹੈ ਨਰਕ ਜਾਓ ਤਾਂ ਉੱਥੋਂ ਆਪਣੀ ਵੀਡੀਓ ਭੇਜਣਾ, ਮੈਂ ਵੀ ਦੇਖਾਂ ਮੈਨੂੰ ਦੁਖੀ ਕਰਨ ਵਾਲੇ ਦਾ ਉੱਥੇ ਕੀ ਹਾਲ ਹੋਣਾ। ਪਤੀ ਪਤਨੀ ਦੀ ਲੜਾਈ ਹੋਈ ਤੇ ਉਹ ਪਤਨੀ ਨੇ ਨਾ ਮਾਂ ਨੂੰ ਫੋਨ ਕੀਤਾ, ਮੰਮੀ ਮੰਮੀ ਅੱਜ ਮੇਰੀ ਬੜੀ ਲੜਾਈ ਹੋਈ ਹੈ, ਮੈਂ ਤਾਂ ਘਰ ਛੱਡ ਕੇ ਨਾ 3-4 ਮਹੀਨੇ ਵਾਸਤੇ ਤੁਹਾਡੇ ਕੋਲ ਆ ਰਹੀ ਹਾਂ। ਮਾਂ ਕਹਿੰਦੀ ਗਲਤੀ ਉਹਦੀ ਹੈ, ਸਜ਼ਾ ਵੀ ਉਹਨੂੰ ਮਿਲਣੀ ਚਾਹੀਦੀ ਹੈ, ਮੈਂ 6 ਮਹੀਨੇ ਵਾਸਤੇ ਆ ਰਹੀ ਹਾਂ।